ਆਪਦੀ ਮਿਹਨਤ ਕਰ ਕਰਕੇ ਅਤੇ ਪੜ੍ਹਾਉਂਦੇ ਸੀਗੇ। ਸਰਕਾਰ ਸਕੂਲ 'ਚ ਪੜ੍ਹਿਆ ਹੈਗਾ ਜੀ, ਕੋਈ ਸਾਨੂੰ ਇਹਨੇ ਤੰਗੀ ਨਹੀਂ ਦਿੱਤੀ ਹੈਗੀ ਵੀ ਮੈਨੂੰ ਆਹ ਚਾਹੀਦਾ, ਜਗਵੰਤ ਕਿਰਸ਼ਨ ਚਾਹੀਦੇ ਆ ਜਾਂ ਕੋਈ ਬੱਚਿਆਂ ਦੀ ਕਿਸੇ ਦੀ ਰੀਸ ਨਹੀਂ ਕਰੀ ਜੀ ਇਹਨੇ। ਬਸ ਆਪਦਾ ਗਰੀਬੀ ਤੌਰ 'ਤੇ ਪੜ੍ਹਾਈ ਕਰੀ ਹੈ ਅਤੇ ਚੁੱਪ ਚੁੱਪ, ਨਾ ਕਿਤੇ ਚੰਗਾ ਨਾ ਮੰਦਾ, ਨਹੀਂ ਬੋਲਦਾ ਸੀ। ਜੇ ਸਾਊਥ ਰੋਟੀ ਖਾਣੀ ਅੱਧੀ ਖਾ ਕੇ ਸਕੂਲ ਵਗ ਜਾਂਦਾ ਸੀ ਅਤੇ ਕੋਈ ਸਾਨੂੰ ਟੈਨਸ਼ਨ ਨਹੀਂ ਦਿੱਤੀ ਜੀ ਇਹਨੇ। ਘਰੇ ਜੀ ਅਸੀਂ ਮੈਂ ਵੀ ਕਮਾਉਂਦੀ ਸੀ, ਉਹਨੂੰ ਤਾਂ ਡੈਡੀ ਵੀ ਕਮਾਉਂਦਾ ਸੀਗਾ ਅਤੇ ਆਪ ਵੀ ਉਸ ਕੱਖ ਕੁੱਖ ਲਿਆਉਂਦਾ ਸੀ ਖੇਤੋਂ ਅਤੇ ਕੁਤਰ ਕੇ ਤਾਂ ਸਮਾਨ ਵੀ ਪੱਪਾ ਕਰਦਾ ਸੀ। ਇਸ ਤਰ੍ਹਾਂ ਅਸੀਂ ਆਪਦਾ ਉਹ ਕੀਤਾ ਜੀ। ਲਾ ਪੜ੍ਹਿਆ, ਹੋਰ ਕਿੰਨਾ ਪੜ੍ਹਿਆ? 12। ਉਦੋਂ ਬਾਅਦ ਕੀ ਕਰਨਾ ਗਿਆ? ਉਦੋਂ ਬਾਅਦ ਜੀ ਮੋਬਾਈਲਾਂ ਦੀ ਦੁਕਾਨ। ਕਿੰਨੇ ਸਾਲ ਕੀਤੀ? 2 ਸਾਲ ਕਰੀ ਜੀ। ਬਹੁਤ ਵਧੀਆ ਲੱਗਿਆ ਜੀ। ਕੀ ਸੋਚਦੇ ਸੀ ਪਹਿਲਾਂ ਤੁਸੀਂ? ਪਹਿਲਾਂ ਤਾਂ ਜੀ ਐਂ ਨਹੀਂ ਸੀ ਸਾਨੂੰ ਵੀ ਸਾਡਾ ਮੁੰਡਾ ਐਮ ਐਲ ਏ ਬਣ ਜੂਗਾ। ਸਾਡੇ ਵੀ ਉਹਨੇ ਮਿਹਰ ਕਰਤੀ, ਸਾਡੇ ਹਲਕੇ ਨੇ ਐਮ ਐਲ ਏ ਬਣ ਗਿਆ ਜੀ। ਜਦੋਂ ਰਾਜ ਸਿੰਘ ਜਾਂਦਾ ਹੁੰਦਾ ਸੀ ਉਦੋਂ ਲੱਗਦਾ ਸੀ ਕਿ ਉਹੀ ਉਹ ਤੁਰੇ ਫਿਰਦੇ ਕੀ ਹੈ ਕਿ ਇਹਦਾ ਕੁਛ ਹੋਣਾ ਨਹੀਂ? ਲੜੇ ਆ ਜੀ 5-4 ਸਾਲ ਤੱਕ, ਕਿਉਂ ਜਾਂਦਾ? ਹੁਣ 3 ਸਾਲ ਹੋ ਗਏ ਸੀ, ਹੁਣ ਨਹੀਂ ਮੁੜ ਕੇ ਬੋਲੇ ਵੀ ਚੱਲ ਇਹ ਤਾਂ ਲੈਣ 'ਤੇ ਇੱਧਰ ਦੀ 'ਤੇ ਵੱਗ ਗਿਆ ਹੁਣ ਆਪੀ ਅਸੀਂ ਆਪਦਾ ਚੱਲ ਜਿਹੋ ਜਿਹਾ ਹੁੰਦਾ ਸੀ ਕਰੀ ਜਾਂਦੀ ਸੀ। ਹਲਕਾ ਹੈਗਾ ਤੂੰ ਦੱਸਦਾ ਵੀ ਹੁਣ ਬੱਕਰੀਆਂ ਚੋਂਦਾ ਹੀ ਰਹੇ ਉਹ ਇਧਰਲੇ ਸੂਏ ਤੇ ਬਹਿ ਕੇ, ਤੂੰ ਸਾਡੇ ਹਲਕੇ ਨੇ ਉਹਨੂੰ ਦੱਸਤਾ। ਹੁਣ ਤੁਹਾਨੂੰ ਕਿੰਨਾ ਫਕਰ ਰਿਹਾ ਇਸ ਗੱਲ ਦੇ ਪੁੱਤ ਤੇ ਕੀ ਜਿਵੇਂ ਲੋਕਾਂ ਨੇ ਸਾਥ ਦਿੱਤਾ ਜੀ? ਅਸੀਂ ਤਾਂ ਇਹ ਕਹਿੰਦੇ ਵੀ ਵਧੀਆ ਸਕੂਲ ਹੋਣ ਸਾਡੇ ਹਲਕੇ, ਅਸਲ ਤਾਂ ਪੰਜਾਬ ਦੇ ਵਿੱਚ ਹੋਣ, ਚੰਗਾ ਹਸਪਤਾਲ ਹੋ, ਜਿੱਥੇ ਸਾਨੂੰ ਜੀ ਚੰਡੀਗੜ੍ਹ ਭੱਜਣਾ ਪੈਂਦਾ, ਪਟਿਆਲੇ ਨੂੰ ਕਰਤਾ ਜੀ ਰੈਫਰ, ਪਟਿਆਲੇ ਸਾਡੇ ਨੇੜੇ ਆ, ਹਲਕਿਆਂ ਦੇ ਸਕੂਲ ਕੋਈ ਚੰਗੇ ਹੋਣ, ਪੰਜਾਬ ਦੇ ਵਿੱਚ ਹਸਪਤਾਲ ਚੰਗੇ ਹੋਣ। ਹੁਣ ਇੱਥੇ ਸਕੂਲ 12ਵੀਂ ਦਾ ਟੀਚਰ ਇਹ ਨਹੀਂ ਪਤਾ 5ਵੀਂ ਕਿੱਥੇ ਬਣਾ ਪੂਰੇ ਹੋਣ, ਇਹੋ ਜਿਹੀਆਂ ਗੱਲਾਂ ਦਾ ਉਹਨੂੰ ਦੱਸਿਆ ਵੀ ਧਿਆਨ ਰੱਖਣ ਕੋਈ ਨਹੀਂ।